ਅੱਜ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ, ਇਲੈਕਸ਼ਨ ਆ ਗਈ ਮੇਨ ਗੱਲ, ਠੀਕ ਹੈ ਜੀ। ਐਸਾ ਤਾਂ ਰੋਜ਼ ਹੁੰਦੀ ਰਹਿੰਦੀ ਆ, ਤੁਹਾਡੇ ਮੂਹਰੇ ਬੇਨਤੀ ਆ ਚਰਨਾ ਸਾਰੇ ਸਿੱਖਾਂ ਦੇ, ਸਾਰੇ ਹਿੰਦੂਆਂ ਦੇ, ਸਾਰੀ ਜੋ ਵੀ ਬੇਨਤੀ ਆ, ਮੁਸਲਮਾਨ ਭਾਈ ਨੇ, ਕ੍ਰਿਸਚਨ ਨੇ, ਸਾਰਿਆਂ ਨੇ, ਆਪਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ NSA ਲਾਇਆ ਹੈ, ਬਿਲਕੁਲ ਧੱਕਾ ਕੀਤਾ, ਉਹ ਬਾਹਰ ਕੱਢਣੇ ਭਾਈ ਸਾਹਿਬ ਹੋਣੀ। ਬਾਕੀ ਜਿਹੜੇ ਵੀ ਸਿਮਰ ਜਿਸ ਮਾਨ ਦੇ ਬੰਦੇ ਨੇ ਜਿੱਥੇ ਵੀ ਖੜ੍ਹੇ ਨੇ, ਠੀਕ ਹੈ ਜੀ, ਅਤੇ ਲੱਖਾ ਸਧਾਣਾ ਅਤੇ ਹੋਰ ਜੋ ਵੀ ਆਪਣੇ ਸਿੱਖ ਚਿਹਰੇ ਨੇ, ਜੋ ਸਿਮਰਜੀਤ ਮਾਨ ਦੇ ਕੈਂਡੀਡੇਟ ਨੇ, ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਚੰਗੇ ਚਿਹਰੇ ਆ ਜੋ ਆਜ਼ਾਦ ਵੀ ਖੜ੍ਹੇ ਉਹਨਾਂ ਨੂੰ ਜਿੱਤਾ, ਠੀਕ ਹੈ ਜੀ। ਇਹ ਬੇਨਤੀ ਹੱਥ ਬਣ ਕੇ ਬਹੁਤ ਬਹੁਤ, ਅਤੇ ਸਿਰ ਜੋੜੋ। ਦੇਖੋ ਜੀ, ਪਹਿਲਾਂ ਆਪਾਂ ਕਾਂਗਰਸ ਦੇਖ ਲਈ, ਫਿਰ ਅਕਾਲੀ ਦੇਖ ਲਏ, ਫਿਰ ਆਪਾਂ ਆਮ ਆਦਮੀ ਦੀ ਦੇਖ ਲਈ, ਠੀਕ ਆ। ਹੁਣ ਇਹਨਾਂ ਨੂੰ ਵੀ ਇੱਕ ਮੌਕਾ ਤਾਂ ਦਿਓ ਨਾ, ਇੱਕ ਮੌਕਾ ਇਹਨਾਂ ਨੂੰ ਦੇ ਕੇ ਦੇਖੋ ਬਸ, ਫਿਰ ਆਪਾਂ ਦੇਖੋ। ਹੁਣ ਦੇਖ ਹੀ ਰਿਹਾ, ਹੁਣ ਚੁਆਇਸ ਕੋਈ ਵੀ ਹੈ ਨਹੀਂ, ਹੋਰ ਆਹ ਚੁਆਇਸ ਆ, ਇਹ ਚੁਆਇਸ 'ਤੇ ਕੰਮ ਕਰਕੇ ਦੇਖੋ, ਆਪਾਂ ਇਹ 'ਤੇ ਕੰਮ ਕਰਨਾ ਪੈਂਦਾ, ਠੀਕ ਆ ਜੀ। ਕੋਈ ਗੱਲ, ਬੇਨਤੀ ਆ, ਬੱਚਾ ਬਾਲਟੀ ਬਣਾਓ ਲੈਣ, ਇਹਨਾਂ ਨੇ ਬਹੁਤ ਬਹੁਤ ਲੂਜ ਕੀਤਾ ਵੇਟ, ਦੋਨਾਂ ਕਿੰਨਾ ਕੀਤਾ ਮੁੱਟਦਾ, 9 ਕਿਲੋ ਕਿੰਨਾ ਜਾਂਦਾ, 22 ਦਿਨ 'ਚ 9 ਕਿਲੋ ਵੇਟ ਲੂਜ ਕੀਤਾ ਜੀ ਮੁੰਡੇ ਨੇ, ਇਹਨੇ 1 ਮਹੀਨੇ ਵਿੱਚ 15 ਕਿਲੋ। ਕੋਈ ਕੁਛ ਖਾਧਾ ਨਹੀਂ, ਕੋਈ ਪ੍ਰੋਡਕਟ ਨਹੀਂ ਖਾਧਾ, ਕੋਈ ਫੈਟ ਬਰਨ ਨਹੀਂ ਖਾਧਾ, ਕੁਛ ਨਹੀਂ ਖਾਧਾ, ਇਕੱਲੀ ਰੋਟੀ ਘਟਾਈ ਆ, ਐਕਸਰਸਾਈਜ਼ ਕੀਤੀ ਆ। ਇਹਨੂੰ ਦੱਸਿਆ ਵੀ ਫੈਟ ਵਾਲੀ ਜਿਹੜੀ ਚੀਜ਼ਾਂ ਨੇ, ਦੁੱਧ ਨੇ, ਹੋਰ ਕੁਛ ਆ ਤਲੀ ਹੋਈਆਂ ਚੀਜ਼ਾਂ ਨੇ, ਉਹ ਨਹੀਂ ਖਾਣੀਆਂ, ਇਹ ਨਹੀਂ ਖਾਂਦੇ, ਫਿੱਟ ਹੋ ਗਏ। ਫੜਨਾ ਕੋਈ ਪਤਾ, ਲੜਨਾ ਨਹੀਂ ਕਿਸੇ ਨਾਲ, ਚੰਗਾ ਲੜਾਈ ਨਹੀਂ ਕਰਨੀ। ਆ ਜੀ, ਅਸੀਂ ਕਰਤਾ ਤਿਆਰ ਕੰਮ, ਉਹ ਮੂੰਗੀ ਬੀਜੀ ਹੋਈ ਆ, ਮੂੰਗੀ ਨੂੰ ਪਾਣੀ ਲਾਤਾ, ਅਤੇ ਇਹ ਤਾਂ ਅਸੀਂ ਬੀਜਾਂਗੇ ਮੱਕੀ। ਆਹ ਅਸੀਂ ਖਾਲੀ ਆਪ ਕੀਤਾ ਮੁੰਡਿਆਂ ਦੇ ਇਲਾਕੇ ਨਾਲ, ਗੋਬਰ ਗੈਸ ਟੋਆ, ਕੰਮ 'ਚ ਕੋਈ ਮਿਹਣਾ ਨਹੀਂ, ਠੀਕ ਆ ਜੀ। ਕੰਮ ਕਰਮ ਆ, ਉਹ ਮੂੰਗੀ ਨੂੰ ਪਾਣੀ ਪੈਂਦਾ, ਮੂੰਗੀ ਸੁੱਕਾ ਖੱਤਾ ਪੱਟ ਕੇ ਮੂੰਗੀ ਬੀਜਤੀ ਅਸੀਂ। ਇਹ ਸਾਡੀ ਏ ਟੀਮ ਆ, ਉਹ ਆ ਉੱਧਰ ਬੀ, ਰਾਜਸਥਾਨ। ਇਹਦੋਂ ਬਾਅਦ ਪੁੱਤ 2-3 ਬੰਦੇ ਨੂੰ ਲਾ ਕੇ ਗੁਜਰਾ, ਐਂ 3 ਖਾਲੀਆਂ ਬਣਾ ਦੇਣੀਆਂ ਨੇ ਇਹਨਾਂ ਦੀ, ਬੂਟਿਆਂ ਦੀ ਇਹਨਾਂ ਦੀਆਂ, ਇੱਕ ਪਰਲੇ ਪਾਸੇ ਆਹ ਤਾਂ ਹੈਗੀ ਹੋਈ ਔਰਲੀ, ਇੱਕ ਵਿਚਾਲੇ, ਜਿਹੜਾ ਪਾਣੀ ਸਾਰਿਆਂ ਨੂੰ ਬਿਜਲੀ ਪਾਸ ਹੋ ਕੇ ਚਲਾ ਜਾਵੇ, ਠੀਕ ਆ। ਬਾਹਲੀ ਡੂੰਘੀ ਵੀ ਨਹੀਂ ਬਣਾਉਣ ਦੀ ਲੋੜ, ਚਲੋ ਮਜ਼ੇ ਨਾਲ ਲੈਣਾ ਸਟਾਰਟ, 50 ਦੀ ਸਪੀਡ 'ਤੇ ਗੋ ਗੋ ਗੋ, ਮਜ਼ੇ ਨਾਲ ਬਸ, ਹਾਂ ਅੱਧ 'ਚ ਹੌਲੀ, ਅੱਧ ਤੋਂ ਬਾਅਦ ਹਾਂ। ਐਕਸਰਸਾਈਜ਼ ਦਾ ਇਹੀ ਆ, ਇਹ ਕਿਹੜਾ ਰੋ ਇੱਕ ਦਿਨ ਦਾ ਕੰਮ ਆ, ਉਰੇ ਨੂੰ ਹੋ ਜਾਓ ਭਾਈ ਸਾਹਿਬ, ਖੁੱਲ੍ਹ ਜਾਓ ਮਾੜਾ ਜਿਹਾ, ਇੱਧਰ ਨੂੰ ਹੋ ਜਾਓ ਮੋਤੀ ਵਾਲੇ, ਇੱਧਰ ਨੂੰ ਹੋਰ ਹੋ ਜਾਓ, ਰੋਜ਼ ਤੁਹਾਨੂੰ ਦੱਸਿਆ ਕਰਾਂ ਮੈਂ। ਰੈਡੀ ਗੋ, ਗੁੱਡ 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 ਗੁੱਡ, ਮੋਟਿਆ ਗੁੱਡ, ਹਾਂ ਬੱਲੇ ਤੇਰੇ, ਆਹ ਬੰਦਾ ਬਾਹਲਾ ਭਾਰਾ ਸੀ ਜਿਹੜਾ ਪਿੱਛੇ ਆ ਕਾਲੀ ਟੈਟੀ ਵਾਲਾ, ਹਾਂ ਖੁੱਲ੍ਹ ਕੇ ਖੜੋ ਬੰਦਾ ਬਰਾਬਰ, ਚਲੋ ਰੈਡੀ ਗੋ, ਹਾਂ ਹਾਂ ਇੱਕ ਤਾਰ 'ਚ ਇੱਕ ਤਾਰ ਲੰਬੀ ਡੈਂਗ ਨਾਲ, ਬਿਨੇ ਜੀ ਸਿੱਖ ਲਓ ਕੁਛ, ਦੂਆ ਸਾਰ ਚੱਲਣ ਵਾਲਾ ਆਪਣਾ, ਸੁਣੋ ਵੀ ਕੰਨ ਵੀ ਖੁੱਲ੍ਹੇ ਰੱਖੋ, ਗੋ ਅੱਧ ਤੱਕ ਜੀ, ਅੱਧ ਤੱਕ, ਹਾਂ ਬਸ ਰਿਲੈਕਸ, ਰੈਡੀ ਗੋ,
ਰਿਲੈਕਸ, ਹਾਂ ਵੈਰੀ ਗੁੱਡ, ਰੈਡੀ ਗੋ, ਮੇਰੇ ਤੱਕ ਖਿੱਚ ਕੇ ਬਸ 50 ਦੀ ਸਪੀਡ ਦਿਓ ਵੀ, ਹਾਂ ਵੈਰੀ ਗੁੱਡ ਵੈਰੀ ਗੁੱਡ, ਗੋ ਰਿਲੈਕਸ। ਸਕੂਲ ਵਾਲਿਆਂ ਨੇ ਲਾ ਲਈ ਐਕਸਰਸਾਈਜ਼, ਹੈਂ ਕਿੰਨੇ ਗੇੜੇ ਲਾਏ? 10-10 ਗੇੜੇ ਲੱਗ ਗਏ ਜੀ ਸਕੂਲ ਵਾਲਿਆਂ ਦੇ, 10-10 ਗੇੜੀ ਰੱਸਾ ਲੱਗ ਗਿਆ ਸਕੂਲ ਵਾਲਿਆਂ ਦਾ, ਮਤਲਬ 3.5 ਕਿਲੋਮੀਟਰ ਰਨਿੰਗ, 3.5-3.5 ਦੇ ਵਿੱਚ ਵਿੱਚ ਆਪਣੇ ਪਹੀ ਦੇ 3 ਗੇੜਿਆਂ ਦਾ ਕਿਲੋਮੀਟਰ ਤੋਂ, ਯਾਨੀ 3 ਗੇੜੇ ਤੋਂ ਘੱਟ ਕਿਲੋਮੀਟਰ ਬਣ ਜਾਂਦਾ। ਰੈਡੀ ਗੋ, ਕੋਈ ਨਾ ਹੋ ਜਾਂਦਾ ਕਈ ਗੇੜੀ। ਰੈਡੀ ਗੋ, ਉਹ ਬੱਲੇ ਸੈਮ ਤੇਰੇ, ਖਿੱਚ ਕੇ 10 ਮੀਟਰ ਰਿਲੈਕਸ। ਜੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ, ਕੋਈ ਗੋਡਾ ਦੁਖਦਾ, ਕੋਈ ਬੱਖੀ ਚੜ੍ਹ ਗਈ, ਕੁਛ ਹੋਰ ਹੋ ਗਿਆ, ਬੱਖੀ ਦਾ ਤੁਹਾਨੂੰ ਤਰੀਕਾ ਮੈਂ ਦੱਸ ਦਿੰਦਾ, ਯਾਨੀ ਆਪਦਾ ਕੀਤਾ ਹੋਇਆ, ਜਿਹਦੇ ਬੱਖੀ ਚੜ੍ਹ ਜਾਂਦੀ ਤਾਂ ਚੜ੍ਹੇ ਖਾਧੇ ਖੁਦੇ ਚੜ੍ਹ ਜਾਂਦੀ ਆ, ਉੱਧਰ ਪਾਈਆ ਦਾ ਰੋੜਾ ਚੱਕ ਲਓ ਹੱਥ 'ਚ, ਇੱਕ ਪਾਈਆ, ਡੇਢ ਪਾਈਆ ਦਾ ਰੋੜਾ, ਬਈ ਮੈਂ ਤਾਂ ਇਵੇਂ ਹੀ ਲੋਟ ਕਰਦਾ ਰਿਹਾ ਬੱਖੀ, ਜੇ ਬੱਖੀ ਚੜ੍ਹ ਜਾਂਦੀ ਸੀ ਪਾਈਆ ਦਾ ਰੋੜਾ ਲੈ ਕੇ ਉੱਧਰਲੇ ਪਾਸੇ ਹੀ ਚੱਕਣਾ ਜਿੱਧਰ ਹੀ ਬੱਖੀ ਚੜ੍ਹੀ ਹੋਈ ਆ, ਇੱਧਰ ਹੀ ਖੱਬੀ ਚੜ੍ਹੀ ਆ, ਖੱਬੇ ਪਾਸੇ ਹੀ ਖੱਬੇ ਹੱਥ ਵਾਲੀ ਰੋੜਾ ਚੱਕ ਲੈਣਾ ਉਹ, ਠੀਕ ਆ। ਤੁਸੀਂ 1/2 ਕਿਲੋਮੀਟਰ ਭੱਜੇ, ਉਦੋਂ ਬੱਖੀ ਤੁਹਾਡੀ ਥੱਲੇ, ਅੱਧੇ ਤੋਂ ਵੀ ਨੇੜੇ ਹੀ, ਲੈ ਬਈ 10 ਮੀਟਰ ਖਿੱਚ ਕੇ ਗੋ, ਰਿਲੈਕਸ ਬਹੁਤ ਵਧੀਆ। ਦਸ ਮੀਟਰ ਬਹੁਤ, ਗੋ, ਵੈਰੀ ਗੁੱਡ, ਬੱਲੇ ਤੇਰੇ, ਗੁੱਡ। ਅੰਬੇ ਸਾਰਿਆਂ ਨੂੰ ਪਹਿਲਾਂ ਖੜਦਾ ਕੀ ਚੱਕਰ ਆ, ਰਿਲੈਕਸ, ਸਟ੍ਰੈਚ ਕਰੋ ਬੁੱਤ ਲੱਤਾਂ, ਕਰੋ ਸਟ੍ਰੈਚ, ਹਾਂ ਵੈਰੀ ਗੁੱਡ, ਸਟ੍ਰੈਚਿੰਗ ਬਹੁਤ ਜ਼ਰੂਰੀ ਹੈ ਜੀ, ਹਾਂ ਕਰੋ, ਹੱਥ ਲਾ ਲਓ ਥੱਲੇ, ਖੋਲ ਦਿਓ ਜਿੰਨੀਆਂ ਖੋਲਦੀਆਂ, ਕੁਛ ਨਹੀਂ ਹੁੰਦਾ, ਹਾਂ ਐਂ ਹਿੱਲਣਾ ਨਹੀਂ ਹੈਗਾ, ਫਿਰ ਮਸਲ ਖਿੱਚਿਆ ਜਾਓ ਜਿਵੇਂ ਆਏ ਆਪਾਂ, ਪਾਹਾਂ ਤੋਂ ਹਿੱਲ ਜਾਂਦੇ ਤੁਸੀਂ, ਚਲੋ ਵਾਪਸ ਆ ਜਾਓ, ਮੈਂ ਮਾੜਾ ਨਾਲ ਪਾਣੀ ਦੇ ਕੇ ਆਉਣਾ, ਉਹ ਅਸੀਂ ਪੱਠੇ ਬੀਜਤੇ 11-1, ਠੀਕ ਹੈ ਜੀ, ਬਰਸੀਂ ਤਾਂ ਵੀ ਮੈਨੂੰ ਸਰਿਆ ਹੋਈ ਲੱਗਦਾ, ਇੱਧਰ ਵੀ ਇਹ ਅਸੀਂ ਗਰਾਊਂਡ ਦੇ ਵਿੱਚ ਰਲਾਵਾਂਗੇ, ਇੰਨੀ ਕੁ ਜਗ੍ਹਾ ਹੋਰ, ਆਹ ਮੂੰਗੀ ਬੀਜੀ ਹੋਈ ਆ, ਆਹ ਪੈਂਦਾ ਮੂੰਗੀ 'ਚ ਪਾਣੀ, ਠੀਕ ਹੈ ਜੀ, ਬਸ ਇਹ ਜੀ ਲੇਜਰ ਕਰਾਉਣ ਵਾਲਾ ਸੀ, ਹੈ ਨਾ, ਕਾਹਲੀ 'ਚ ਫਿਰ ਲੇਟ ਹੁੰਦਾ ਸੀ ਕੰਮ, ਅਤੇ ਹੋਰ ਪਰਲੇ 'ਚ ਉਹ 'ਚ ਹੈਗੇ 3 ਕਨਾਲਾਂ, ਉਹ 'ਚ 4 ਨੂੰ ਮੱਕੀ ਲਾ ਦਾਂਗੇ, ਇਹ 'ਚ ਮੱਕੀ ਲਾ ਦਾਂਗੇ, ਗੱਲ ਕੀ ਦਾੜ ਕਰਕੇ ਅਸੀਂ ਸੁੱਕੀ ਪੱਟਦੀ ਟਰੈਕਟਰ ਨਾਲ, ਹੈ ਨਾ, ਇਹ ਖੇਤੀ ਦਾ ਇਹੀ ਕੰਮ ਆ ਵੀ ਖਿੱਚ ਕੇ 2 ਕੁ ਦਿਨ ਕਰਕੇ ਬੀਜ ਦੋ ਗੇਰਾਂ, ਹੈ ਨਾ, ਜੇ ਹੁਣ ਘੋਲ ਕਰੀ ਜਾਵੇ ਵੀ ਗਰਮੀ ਆ ਬਹੁਤ, ਆਹ ਚੀਜ਼ ਆ, ਜਿੱਥੇ ਮੈਂ ਪੁੱਤ ਖੜਾ 25 ਦੀ ਸਪੀਡ 'ਤੇ ਟੱਚ ਲਾਉਣਾ ਉੱਧਰ ਚਲੇ ਜਾਣਾ, ਠੀਕ ਆ, ਮਜ਼ੇ ਨਾਲ, ਬਾਹਲਾ ਹੌਲੀ ਵੀ ਨਹੀਂ, ਰੈਡੀ ਗੋ, ਟੱਚ, ਕੋਈ ਨਾ, ਦੁਪੱਟਾ ਲੋਡ ਕਰ ਲਾ, ਖੜ ਕੇ ਦੁਪੱਟਾ ਲੋਡ ਕਰ ਪਹਿਲਾਂ, ਤੂੰ ਪਟਕਾ ਕਿਉਂ ਨਹੀਂ ਬੰਨਦਾ, ਤੈਨੂੰ ਕਿੰਨੀ ਗੇਰੀ ਕਿਹਾ, ਕਿੰਨਾ ਭਾਰਾ ਦੁਪੱਟਾ ਬੰਨਦਾ ਤੂੰ, 2
ਤਿੰਨ ਗੁੱਡ ਗੁੱਡ ਪੁੱਤ ਗੁੱਡ ਮੁੱਟਿਆ ਬਹੁਤ ਵਧੀਆ ਚਾਰ ਰਿਲੈਕਸ ਮੋਟਾ ਤਾਂ ਹੁਣ ਹੈ ਨਹੀਂ ਅੱਜ ਦਾ ਵੀ ਮੋਟਾ ਨਹੀਂ ਕਹਿਣਾ ਇਹਨੂੰ ਕਿਸੇ ਨੇ ਠੀਕ ਆ ਕੀ ਨਾਂ ਕੀ ਤੇਰਾ ਅਨਮੋਲ ਵੈਰੀ ਗੁੱਡ ਕਰ ਲਓ ਰਿਲੈਕਸ ਕੋਈ ਨਾ ਉਹਦੇ ਪਟਕੇ ਪੁਟਕੇ ਲਿਆ ਕੇ ਦਿਓ ਯਾਰ ਕਿੰਨਾ ਚਿਰ ਹੋ ਗਿਆ ਸਾਡੀ ਜੇ ਕੋਈ ਬੇਨਤੀ ਸੁਣਦਾ ਇਹਨਾਂ ਨੂੰ ਟੋਪੀਆਂ ਜਿਵੇਂ ਜੱਸੇ ਭਲਵਾਨ ਦੇ ਆ ਨਾ ਜੇ ਸਾਨੂੰ ਕੋਈ ਉਹ 40-50 ਟੋਪੀਆਂ ਬਣਾ ਕੇ ਦੇ ਦੇਵੇ ਤਾਂ ਬਾਈ ਦਾ ਬਹੁਤ ਬਹੁਤ ਧੰਨਵਾਦ ਪੇ ਅਸੀਂ ਕਰ ਦਾਂਗੇ ਠੀਕ ਆ ਮੰਡੀ ਵੀ ਅਸੀਂ ਪੁੱਛਿਆ ਟੇਲਰ ਪਤਾ ਨਹੀਂ ਕੋਈ ਕੰਮ ਕਰਕੇ ਨਹੀਂ ਰਾਜੀ ਕਈ ਟੇਲਰਾਂ ਨੂੰ ਅਸੀਂ ਪੁੱਛਿਆ ਬਾਈ ਬਾਈ ਬਣਾ ਦਿਓ ਨਹੀਂ ਜੀ ਬਣਾਉਣੀ ਨਹੀਂ ਆਉਂਦੀ ਆਹ ਨਹੀਂ ਹੁੰਦਾ ਆਹ ਨਹੀਂ ਹੁੰਦਾ ਜੇ ਕੋਈ ਭਰਾ ਸਾਡਾ ਟੇਲਰ ਹੀ ਆ ਵਧੀਆ ਕੱਪੜੇ ਦੀ ਕੋਟਨ ਦੀ ਜੋ ਵੀ ਕੱਪੜਾ ਹੈਗਾ ਜਿਵੇਂ ਜੱਸੇ ਪੱਟੀ ਭਲਵਾਨ ਦੇ ਹੁੰਦੀ ਹੈ ਮੁੰਡੇ ਗੁਰਸਿੱਖ ਕਈ ਨੇ ਸਾਡੇ ਤਕਰੀਬਨ 1, 2, 3, 4, 5, 6 ਹੈਂ 6 ਤੇ ਉੱਧਰ ਉਹਨਾਂ 'ਚ 6, 5, 11, 12, 13, 14, 15 ਤਕਰੀਬਨ ਸਾਨੂੰ 30 ਟੋਪੀਆਂ ਚਾਹੀਦੀਆਂ ਹੈ ਨਾ ਅਤੇ ਬੇਨਤੀ ਆ ਇਹ ਵੀ ਕੋਈ ਜੇ ਕੋਈ ਭਰਾ ਇਹ ਚੀਜ਼ ਕਰ ਸਕਦਾ ਤਾਂ ਜ਼ਰੂਰ ਕਰੇ ਅਸੀਂ ਬਾਹਲੇ ਬਿਜ਼ੀ ਹੁੰਦੇ ਹਾਂ ਸ਼ਡਿਊਲ ਬਿਜ਼ੀ ਹੁੰਦਾ ਪੁੱਛਿਆ ਵਾ ਮੰਡੀ ਵੀ ਪੁੱਛਿਆ ਮੈਂ ਤਾਂ ਪੱਖੋਵਾਲ ਵੀ ਪੁੱਛਿਆ ਸਾਡੇ ਪਿੰਡ ਵੀ ਪੁੱਛਿਆ ਉਹ ਕਹਿੰਦੇ ਨਹੀਂ ਬਾਈ ਸਾਨੂੰ ਤਾਂ ਬਣਾਉਣੀ ਨਹੀਂ ਆਉਂਦੀ ਇਹ ਠੀਕ ਆ ਜੀ ਇਹ ਬੇਨਤੀ ਹੈ ਜੇ ਕੋਈ ਭਰਾ ਕਰ ਸਕਦਾ 5 ਟੱਚ ਲਾਉਣੇ ਪੁੱਤ ਤੁਸੀਂ ਗੋ ਉਹੀ ਉੱਥੋਂ ਹੀ ਚਲੋ ਬਈ ਮੇਰੇ ਤੱਕ 5 ਗੋ ਮਜ਼ੇ ਨਾਲ ਭੱਜਣ ਬਾਹਲਾ ਤੇਜ਼ ਨਹੀਂ ਹੋਣਾ ਹਾਂ ਗੁੱਡ 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 ਖਾਲਸ ਚਲੋ ਵੀ ਰੈਡੀ 2 ਟੱਚ ਗੋ 1, 2 ਰਿਲੈਕਸ ਆਪਣੇ ਤਾਂ ਪੱਤੇ ਸਾਰੇ ਖੁੱਲ੍ਹੇ ਨੇ ਇਹ ਮਾਂ ਵਾਂ ਜਿਹੜੀ ਆਹ ਲਵਾਉਂਦੇ ਆਪਾਂ ਇੱਦੋਂ ਉੱਤੇ ਉਹਦੇ ਕਹਿੰਦੇ ਬਸ ਹੈਂ ਗਾਹਾਂ ਨੇ ਰਹੀ ਆ ਜਿਹਨੇ ਕਰਨੀ ਆ ਘਰੇ ਪਰ ਇਹ ਵੀਰੇ ਕਰਨਾ ਬੜਾ ਔਖਾ ਉੱਤੇ ਡੰਡੇ ਵਾਲਾ ਚਾਹੀਦਾ ਹੀ ਚਾਹੀਦਾ ਲਾਜ਼ਮੀ ਅਗਲਾ ਕਹਿੰਦਾ ਹੱਥ ਨਹੀਂ ਕਰ ਲਾਂਗੇ ਚੱਲ 10 ਵਜੇ ਕਰ ਲਾਂਗੇ ਕੁਛ ਨਹੀਂ ਹੁੰਦਾ 3 ਦਾ 1 ਗੁੱਡ ਗੁੱਡ ਚਿੰਜਰ ਬਹੁਤ ਵਧੀਆ ਸਾ ਗਿਆ ਪੁੱਤ ਸਾ ਗਿਆ ਹਾਂ ਐਕਸਰਸਾਈਜ਼ ਤਾਂ ਕਰਨੀ ਆ ਜ਼ੋਰ ਆ ਰਿਲੈਕਸ ਜ਼ੋਰ ਇੱਕ ਨੇ 20% ਲਾਉਣਾ ਇੱਕ ਨੇ 220 ਲਾਉਣਾ 220 ਵਾਲੇ ਨੇ ਬਾਈ ਰਿਜ਼ਲਟ ਦੇਣਾ ਹੀ ਦੇਣਾ ਜਿਵੇਂ ਆਪਣੇ ਕੋਲ ਜੀਰ ਵਾਲੇ ਨੇ ਦਿੱਤਾ 6 ਮਹੀਨੇ 'ਚ ਬੰਦਾ ਸਟੇਟ ਖੇਡਿਆ ਆ ਸਾਡੇ ਕੋਲ ਠੀਕ ਆ ਜੀ ਸਾਡੀ ਥਿਊਰੀ ਵੀ ਪੁੱਠੀ ਕਰਤੀ ਉਹਨੇ ਐਕਸਰਸਾਈਜ਼ ਨੂੰ ਗੋਲੀ ਚੌਗਣੀ ਦੂਜਿਆਂ ਨਾਲੋਂ 4 ਗੁਣਾ ਜ਼ਿਆਦਾ ਜ਼ੋਰ ਲਾਉਂਦਾ ਮਜ਼ੇ ਨਾਲ 10 ਦੀ ਸਪੀਡ 'ਤੇ ਗੋ 1, 2 ਬਰਾਬਰ ਰਹਿਣਾ ਪੁੱਤ 3 ਗੁੱਡ ਗੁੱਡ ਅੰਬੇ 4 ਗੁੱਡ ਪੁੱਤ ਗੁੱਡ 5 ਅੰਬੇ ਪਿੱਛੇ 6, 7, 10 ਕਰਨੇ ਆ 7 ਗੁੱਡ ਗੁੱਡ ਪੁੱਤ ਗੁੱਡ ਕੋਈ ਨਾ ਸਪੀਡ ਘਟਾ ਲਓ ਖੜੋ ਨਾ ਪੂਰਾ ਕਰੋ 10 ਸਪੀਡ ਘਟਾ ਲਓ ਹੌਲੀ ਹੋ ਜਾਓ 9 1 ਰਹਿ ਗਿਆ ਬਈ ਤੁਹਾਡਾ 10 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਰਿਲੈਕਸ ਕਰ ਲਓ ਪੁੱਤ ਬਹਿ ਸਕਦੇ ਪੱਬਾਂ 'ਤੇ ਬਹਿ ਜਾਓ ਕੋਈ ਚੱਕਰ ਨਹੀਂ ਠੀਕ ਆ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਬਾਬਾ ਵਿਹਲੇ ਹੀ ਆ ਘੰਟਾ ਡੂਢ ਘੰਟਾ ਲਾ ਕੇ ਕੁਛ ਨਹੀਂ ਕਰਨਾ ਪੈਣਾ ਹੀ ਆ ਹਾਂ ਬਹਿ ਜਾਓ ਕੋਈ ਚੱਕਰ ਨਹੀਂ ਹੈ ਨਾ ਰੈਸਟ ਵੀ ਜ਼ਰੂਰੀ ਆ
ਜੇ ਰੈਸਟ ਨਹੀਂ ਹੋਊਗੀ ਐਕਸਰਸਾਈਜ਼ ਸੈੱਟ ਕਿਵੇਂ ਲੱਗੂਗਾ ਜੇ ਐਨਰਜੀ ਨਹੀਂ ਤੁਹਾਡੇ 'ਚ। ਹਾਂ ਬਈ ਝੰਜਰ ਖੜਾ ਹੋ, ਇਹ ਮੁੰਡਾ ਬਹੁਤ ਵਧੀਆ ਮਿਹਨਤ ਕਰਦਾ ਭਾਈ, ਹੈ ਤਾਂ ਸ਼ਹਿਰੀ ਆ ਇਹ, ਹੈ ਨਾ। ਆ ਕਿਹੜਾ ਆਪਣਾ ਜਿੱਚਰ? ਹਰਿਆਣਾ ਮੈਂ। ਪਹਿਲਾਂ ਖੇਡਿਆ ਕਿਤੇ? ਕਬੱਡੀ ਨਹੀਂ ਖੇਡਿਆ। ਅੱਛਾ, ਐਕਸਰਸਾਈਜ਼ ਕਰਦਾ। ਕਿੰਨਾ ਵੇਟ ਸੀ? ਪਹਿਲਾਂ? ਪਹਿਲਾਂ ਕਿੰਨਾ ਸੀ? ਪਹਿਲੇ ਉਸ ਤੋਂ ਪਹਿਲੇ 86 ਇੱਕ ਨਾ ਵੇਟ ਵੇਟ ਯਹਾਂ ਆਣੇ ਸੇ ਪਹਿਲੇ ਹਾਂ 114 114 ਹੋਣਾ ਹੁਣ 108 8 ਕਿੰਨਾ ਘਟਿਆ? 6 ਕਿਲੋ। ਕਿੰਨੇ ਦਿਨ ਚ? 15-20 ਤੇਰਾ ਵੇਟ ਹੌਲੀ ਘਟਿਆ ਥੋੜ੍ਹਾ ਜਿਹਾ। ਹੋਰ ਕਿਹਨੇ ਚੁੱਕਿਆ ਵੇਟ? ਕਿੰਨਾ ਹੈ? 9 ਕਿਲੋ। ਕਿੰਨੇ ਚਿਰ ਚ? ਇੱਕ ਮਹੀਨਾ 6 ਦਿਨ 'ਚ 9 ਕਿਲੋ। ਬਹੁਤ ਆ, ਵੈਰੀ ਗੁੱਡ। ਮੋਟੇ ਤੇਰਾ ਕਿੰਨਾ ਸੀ? ਅਨਮੋਲ, ਗੁੱਡ ਅਨਮੋਲ। ਕਿੰਨਾ ਸੀ? 1.8 ਸੀ ਭਾਈ ਇਹ, ਜਾਣੀ ਪੈਰ ਵੀ ਟੇਢੇ ਕਰਕੇ ਤੁਰਦਾ ਸੀ ਲਾ ਲਓ ਹਿਸਾਬ। ਇੱਕ ਹੁਣ ਕਿੰਨਾ ਰਹਿ ਗਿਆ? ਮਤਲਬ 10 ਕਿਲੋ ਘੱਟ ਗਿਆ। ਵੈਰੀ ਗੁੱਡ, ਵੈਰੀ ਗੁੱਡ। ਬਸ ਜ਼ਿੰਦਗੀ ਬਣ ਗਈ ਪੁੱਤ, ਸਮਝ ਗਏ? ਜੇ ਸਿਹਤ ਆ ਸਾਰਾ ਕੁਛ ਹੀ ਆ, ਜੇ ਸਿਹਤ ਨਹੀਂ ਖਾਈ ਜਾਂਦੇ 2 ਸਾਲ ਨੂੰ 3 ਸਾਲ ਨੂੰ 1 ਕੁਇੰਟਲ ਤੂੰ ਡੇਢ ਡੂਢ ਦੇ ਨੇੜੇ ਚਲੇ ਜਾਣਾ ਸੀ। ਕਬੱਡੀ ਖੇਡ ਲਈ ਕੋਈ ਡਿਪਲੋਮਾ ਨਹੀਂ ਹੈਗਾ ਇਹ ਵੀ ਦਾ ਮਾਰੋ ਫਲਾਨਾ ਧਮਕਾ ਮਾਰੋ। ਤੂਫਾਨ ਹੁਣੀ ਕਿੱਥੇ ਸਿੱਖ ਗਏ ਆ? ਗੋਰੇ ਮਸੀਕੇ ਨੇ ਉਹ ਕਿੱਥੇ ਸਿੱਖਦੇ ਆ? ਗੱਲ ਕੀ ਆ, ਤੁਹਾਨੂੰ ਆਪਦਾ ਫਿਟਨੈਸ ਲੈਵਲ ਤਾਂ ਹਾਂ ਬਾਹਲਾ ਚੱਕਣਾ ਪੈਣਾ। ਜਿਹੜੇ ਕਹਿੰਦੇ ਨਾ ਗੇਮ ਲਾਓ ਜੀ ਫਲਾਨਾ ਕਰੋ, ਐਵੇਂ ਜਵਾਕਾਂ ਦੇ ਹੱਡ ਰਗੜਾਈ ਜਾਂਦੇ ਆ, ਵਾੜ ਕੇ ਉਹਦੇ ਘਾਹ ਵਾਲੇ ਗਰਾਊਂਡ 'ਚ ਨਾ ਉਹਨਾਂ ਦੇ ਹੱਡ ਰਗੜਾਈ ਜਾਂਦੇ ਆ ਉੱਥੇ। ਤੁਸੀਂ ਫਿਟਨੈਸ ਲੈਵਲ ਆਉਂਦਾ ਤਾਂ ਲੈ ਕੇ ਜਾਓ, ਕਬੱਡੀ ਕਿਤੇ ਡਿਪਲੋਮਾ ਮਾਰ ਕੇ ਗਲ 'ਚ ਪੁੱਠਾ ਕਰ ਦਿਓ ਛੱਡ ਕੇ ਬਸ। ਇੰਨਾ ਕੀ ਆ ਕੰਮ ਹੁਣ ਇਹਨਾਂ ਦੇ ਮੂਹਰੇ ਮਿਸਾਲ ਵੀ ਆ, ਨਹੀਂ ਤਾਂ ਕਮੈਂਟ ਕਰ ਉਹ ਬਾਈ ਫਲਾਨਾ ਧਮਕਾ ਐਂ ਧਮਕਾ, ਠੀਕ ਆ। ਉਹ ਤੂਫਾਨ ਕਿੱਥੇ ਖੇਡਦਾ ਸੀ? ਕਿਤੇ ਨਹੀਂ। ਉਹ ਜੈਰੋ ਹੁਣੀ ਮਕਸੀਕੇ ਕਿੱਥੇ ਖੇਡਦਾ? ਕਿਤੇ ਨਹੀਂ। ਉਹ ਮੀਕ ਸੀ ਸੈਡਲਾ ਕਿੱਥੇ ਖੇਡਦਾ? ਕਿਤੇ ਨਹੀਂ। ਹੈਂ, ਗੱਲ ਕੀ, ਉਹਨਾਂ ਦਾ ਫਿਟਨੈਸ ਲੈਵਲ ਉੱਚੇ ਉੱਤੇ ਸੀ, ਠੀਕ ਆ। ਇਹੀ ਤੁਸੀਂ ਆ ਫਿਟਨੈਸ ਲੈਵਲ ਆਪਦਾ ਸਮਾਰ ਕੇ ਪਹਿਲਾਂ ਘੱਟੋ ਘੱਟ ਸਾਲ ਬਹਿ ਕੇ ਕਰੋ। ਸਾਲ ਜਾਣੀ ਲੋਕ ਦਾ 2-3 ਸਾਲ ਕਹਿੰਦੇ ਆ, ਮੈਂ ਤੁਹਾਨੂੰ ਕਹਿੰਦਾ ਵੀ ਸਾਲ ਹੀ ਬਹਿ ਕੇ ਕਰ ਲਓ, ਉਦੋਂ ਬਾਅਦ ਗਰਾਊਂਡ 'ਚ ਆਓ, ਨਾ ਤਾਂ ਤੁਹਾਡਾ ਇੰਜਰੀ ਹੋਵੇ ਕੋਈ। ਚਲੋ ਵੀ ਬੈਕ 50 ਦੇ, ਗੋ 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 ਗੋ, ਟਰਨ 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 ਲਵੋ ਪੁੱਤ, ਕੰਨ ਖੁੱਲ੍ਹੇ ਰੱਖਿਆ ਕਰੋ। ਹੌਲੀ ਆਇਓ, ਡਿੱਗ ਨਾ ਪਈ। ਹਾਂ ਹੌਲੀ, ਮਜ਼ੇ ਨਾਲ ਜਿੰਨੇ ਕੁ ਨਾਲ ਆਉਂਦਾ ਕੋਈ ਨਾ। ਇਹ ਪੁੱਤ ਅੰਬੇ ਹੋ ਗਏ ਨਾ ਕੰਮ? ਟਰਨ ਹੌਲੀ 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 ਆਪਣੀ ਰੈਡੀ ਗੋ, 10 ਦੀ ਸਪੀਡ 'ਤੇ 10 'ਤੇ ਹੌਲੀ ਹੌਲੀ ਹੌਲੀ, ਹਾਂ 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 ਹਾਂ, ਵੈਰੀ ਗੁੱਡ ਵੈਰੀ ਗੁੱਡ। ਟਰਨ ਰਿਲੈਕਸ, ਗੋ ਟਰਨ ਰਿਲੈਕਸ। ਨਾਲੇ ਹਰੇਕ ਵੀਡੀਓ 'ਚ ਦੱਸਦੇ ਹਾਂ ਅਸੀਂ ਵੀ ਸਾਡਾ ਪਿੰਡ ਰਾਏਕੋਟ ਤੋਂ 15 ਕਿਲੋਮੀਟਰ ਆ, ਮੰਡੀ ਅਹਿਮਦਗੜ੍ਹ ਤੋਂ 10-12 ਕਿਲੋਮੀਟਰ ਆ, ਲੁਧਿਆਣੇ ਤੋਂ 25-30 ਕਿਲੋਮੀਟਰ ਆ, ਠੀਕ ਆ ਜੀ। ਸਾਡੇ ਕੋਲ ਉਹ ਆਇਓ, ਹੱਥ ਬੰਨ ਕੇ ਬੇਨਤੀ ਆ। ਕੱਲ੍ਹ ਪਰਸੋਂ ਇੱਕ ਆ ਗਿਆ, ਰੋਣ ਲੱਗ ਗਿਆ ਅਤੇ ਉੱਚੀ ਉੱਚੀ ਭੁੱਬਾਂ ਮਾਰੇ, ਜਿਵੇਂ ਨਹੀਂ ਆਪਾਂ ਬਾਰਡਰ ਦੇ ਬੈਠੇ ਹੁੰਦੇ ਵੀ ਮੁਕਾਬਲਾ ਹੋਣਾ, ਗੋਲੀ ਸਿਰ 'ਚ ਵੱਜਣੀ ਆ ਕੇ। ਹੈਂ, ਫਿਰ ਉਹਨਾਂ ਦੇ ਮਾਂ ਪਿਓ ਜੀ, ਇਹਨੂੰ ਜੇ ਕੁਛ ਹੋ ਗਿਆ ਤੁਸੀਂ ਜ਼ਿੰਮੇਵਾਰ ਹੋ? ਮੈਂ ਕਿਹਾ ਹਾਂ ਬਿਲਕੁਲ ਜ਼ਿੰਮੇਵਾਰ ਹਾਂ ਜੀ।
ਉਹਦਾ ਬਾਪੂ ਬਾਹਰ ਆ, ਬਾਪੂ ਕਹਿੰਦੇ ਇਹਨੂੰ ਭੇਜੋ ਨਾ, ਚਾਚਾ ਚਾਚੀ ਮੰਮੀ ਉਹਦੀ ਉਹ ਆ ਕੇ ਲੈ ਕੇ ਜਾਣਾ ਜੀ ਅਸੀਂ, ਉਹ ਵੀ ਰੋਈ ਜਾਣ, ਮੁੰਡਾ ਵੀ ਰੋਈ ਜਾਵੇ, ਦੱਸੋ ਉਹ ਮੈਂ ਕਿਹਾ ਕਾਹਨੂੰ ਇਹਦਾ ਜੀਵਨ ਖਰਾਬ ਕਰਦੇ ਹੋ ਤੁਸੀਂ। ਸਾਡੇ ਕੋਲ ਵੀਰੇ ਉਹ ਆਇਓ ਘੱਟੋ ਘੱਟ ਜਿਹਦਾ 2 ਸਾਲ ਦਾ ਠੱਟਾ ਠੱਡਾ ਹੋਵੇ, ਵੀ 2 ਸਾਲ ਮੈਂ ਅਕੈਡਮੀ 'ਚ ਰਹਿਣਾ, ਚਲੋ ਛੁੱਟੀਆਂ 5-4 ਹੋ ਜਾਣਗੀਆਂ ਕੋਈ ਚੱਕਰ ਨਹੀਂ। ਉਹ ਦੂਜਾ ਬੰਦਾ ਸਾਡੇ ਕੋਲ ਆਇਆ ਜਿਹਦਾ ਕਹਿੰਦਾ ਜੀ ਨਹੀਂ ਲੱਗਦਾ, ਠੀਕ ਆ ਜੀ, ਏ ਸੀ ਇੱਥੇ ਲੱਗਿਆ ਹੋਇਆ, ਪੱਖੇ ਇੱਥੇ ਲੱਗੇ ਹੋਏ ਨੇ, 24 ਘੰਟੇ ਬਿਜਲੀ ਆ, 1 AC ਹੋਰ ਲਾ ਦੇਣਾ, ਗੋਬਰ ਗੈਸ ਲੱਗਿਆ, ਕੋਈ ਕਿਸੇ ਤੀਜੇ ਬੰਦੇ ਦੀ ਆਉਣੀ ਜਾਣੀ ਨਹੀਂ, ਹੁਣ ਐਕਸਰਸਾਈਜ਼ ਹੋ ਜਾਣੀ ਆ, ਬਾਹਰਲੇ ਗੇਟ ਨੂੰ ਜਿੰਦਾ ਲੱਗ ਜਾਣਾ, ਕੰਟੀਨ ਇੱਥੇ ਹਰੇ ਜੀ ਇਹਨਾਂ ਨੂੰ ਮਿਲਦੀ ਆ, 2 ਟਾਈਮ ਰਸ ਵਾਲਾ ਆਉਂਦਾ, ਫਰੈਸ਼ ਰਸ ਬਣਾ ਕੇ ਪਿਲਾਉਂਦਾ ਉਹ ਇਹਨਾਂ ਨੂੰ, ਬੜੀ ਚੀਜ਼ ਨਹੀਂ ਖਾਂਦੇ ਬੱਚੇ, ਹੈ ਜਿਹੜੇ ਬਾਹਰ ਗੇੜੇ ਦੇਣ ਗਿੱਜੇ ਹੁੰਦੇ ਉਹ ਚੀਜ਼ ਭਾਲਦੇ, ਉਹ ਹੈ ਨਹੀਂ ਇੱਥੇ ਚੀਜ਼, ਉਹ ਨਾ ਆਇਓ ਇੱਥੇ। ਮਾਂ ਪਿਓ ਨੂੰ ਵੀ ਬੇਨਤੀ ਆ, ਸਾਰਿਆਂ ਨੂੰ ਬੇਨਤੀ ਆ, ਸਾਡੇ ਕੋਲ ਜਿਵੇਂ ਭਲਵਾਨਾਂ ਦੇ ਅਖਾੜੇ ਦੇ ਨਿਯਮ ਹੁੰਦੇ ਆ ਉਹ ਨਿਯਮ ਨੇ, ਸਾਡੇ ਕੋਲ ਅਕੈਡਮੀ ਵਾਲਾ ਨਿਯਮ ਨਹੀਂ ਹੈਗਾ ਬਈ ਫਿਰਦੇ ਆ ਉੱਧਰ, ਕੋਈ ਲੁਧਿਆਣੇ ਫਿਰਦਾ, ਕੋਈ ਮੰਡੀ ਮੋਟਰਸਾਈਕਲ ਚੱਕੀ ਫਿਰਦਾ, ਉਹ ਚੀਜ਼ ਇੱਥੇ ਹੈ ਨਹੀਂ, ਉਹ ਬੰਦਾ ਨਾ ਆਇਓ ਇੱਥੇ, ਮਿਹਨਤ ਵਾਲੀ ਬੇਨਤੀ ਆ ਸਾਡੀ। ਚਲੋ ਬਈ ਰੈਡੀ ਗੋ, 20 ਤੇ ਗੋ 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 ਗੋ, ਬਹੁਤ ਵਧੀਆ, ਰਿਲੈਕਸ ਟਰਨ, ਰਿਲੈਕਸ, ਠੀਕ ਆ, ਇਹ ਬੇਨਤੀ ਆ। ਇੱਥੇ ਫਿਰ ਹੋਰ ਮਾਹੌਲ ਖਰਾਬ ਹੁੰਦਾ, ਉਹਦੀ ਮਾਂ ਨਾਲ ਰੋਈ ਜਾਵੇ, ਨਾਲ ਉਹ ਮੁੰਡਾ ਉੱਚੀ ਉੱਚੀ, ਉਹ ਮੈਂ ਕਿਹਾ ਇੱਥੇ ਕੀ ਹੋਇਆ ਹੋਇਆ, ਇਹ ਜੀ ਐਂ ਹੋ ਜੂ ਫਲਾਨਾ, ਮੈਂ ਕਿਹਾ ਆਹ ਮਾਵਾਂ ਦੇ ਪੁੱਤ ਨਹੀਂ, ਆਹ ਇਕੱਲੇ ਇਕੱਲੇ ਨੇ ਇਹਨਾਂ 'ਚ 10-11 ਜਿਹੜੇ 20-30 ਕਿੱਲੇ ਦੇ ਮਾਰਕ ਨੇ, ਹੈਂ ਉਹ ਮੁੰਡਾ ਕਿਹੜਾ ਕਿਹੜਾ ਅਮੈਰੀਕਾ ਤੋਂ ਆਇਆ ਮੁੰਡਾ, ਹੈਂ ਉਹ ਨਾਲੇ ਉੱਧਰਲਾ ਬੋਰਨ 30 ਸਾਲ ਦਾ, ਉਹਨੇ ਇੱਕ ਕੰਪਲੇਂਟ ਨਹੀਂ ਕੀਤੀ, 1.5 ਸਾਲ ਲੱਗ ਗਿਆ ਸਾਡੇ ਕੋਲ, 65 ਕਿਲੋ ਵਜ਼ਨ ਘਟਾਇਆ ਉਹਦਾ। ਰੈਡੀ ਗੋ, ਪਹਿਲਾਂ ਤਾਂ ਮੈਂ ਇੱਕ ਹੋਰ ਬੇਨਤੀ ਕਰਦਾ, ਜਿਹੜੇ ਨਾ ਗੱਲ ਕੀ ਕਹਿੰਦੇ ਆ, ਜਾਣ ਕੇ ਭਲਵਾਨ ਨਹੀਂ ਬਣਨਾ, ਇਹਨੇ ਆਹ ਨਹੀਂ ਹੋਣਾ, ਸਾਰਾ ਕੁਛ ਹੋ ਸਕਦਾ, ਬੰਦਾ ਸਭ ਕੁਛ ਕਰ ਸਕਦਾ ਹੈ ਨਾ, ਪਰ ਜਿਹੜੇ ਨਾਲ ਦੇ ਹੁੰਦੇ ਆ, ਕੋਈ ਲਾਲਾ ਮਰਜੀ, ਯਾਰ ਦੋਸਤ, ਤਾਏ ਚਾਚੇ, ਸਾਰੇ ਨਹੀਂ ਜਿਹੜੇ ਕਰਤੂਤ ਕਰਦੇ ਆ, ਉਹਨਾਂ ਨੂੰ ਇਹ ਹੁੰਦਾ ਵੀ ਇਹ ਕਿਤੇ ਭਲਵਾਨ ਨਾ ਬਣ ਜੇ, ਇਹਨਾਂ ਦਾ ਮੁੰਡਾ, ਇਹਨੂੰ ਕਿਸੇ ਲੁੱਟ ਪੱਟ ਕੇ ਸਾਈਡ 'ਤੇ ਕਰੋ, ਜਾਂ ਤਾਂ ਅਮਲੀ ਬਣਾਓ, ਸਾਡੇ ਵਾਲਾ ਸਾਲਾ ਅਮਲੀ ਆ, ਇਹ ਖਾੜੇ ਚਲੇ ਗਿਆ, ਬਾਜੀ ਨੇ ਭਲਵਾਨ ਬਣਾ ਦੇਣਾ ਇਹਨੂੰ, ਠੀਕ ਹੈ ਨਾ। ਉਹਨਾਂ ਨੂੰ ਤਕਲੀਫ ਹੁੰਦੀ ਆ ਵੀ ਲੈ ਕੇ ਆ ਕਿਸੇ ਲੁੱਟ ਲੈ ਕੇ ਆ, ਮਾਂ ਪਿਓ ਨੂੰ ਵੀ ਸਾਰਿਆਂ ਨੂੰ ਇਹ ਬੇਨਤੀ ਆ ਬਈ ਇਹ ਸਾਈਡ ਵੱਜਣ ਤੋਂ ਬਚੋ, ਤੁਹਾਡੇ ਸਾਈਡ ਵੱਜ ਰਹੀ ਆ, ਤੁਹਾਨੂੰ ਪਤਾ ਨਹੀਂ ਲੱਗਣਾ ਵੀ ਸਾਈਡ ਕਿੱਥੋਂ ਵੱਜ ਰਹੀ ਆ, ਠੀਕ ਆ। ਹਰੇਕ ਨੂੰ ਹੁੰਦਾ ਵੀ ਮੇਰਾ ਮੁੰਡਾ ਅਮਲੀ ਆ, ਇਹ ਭਲਵਾਨ ਬਣ ਗਿਆ, ਮੈਂ ਤਾਂ ਸਾਰੀ ਉਮਰ ਨਹੀਂ ਮੂੰਹ ਦਿਖਾਇਆ ਹੁੰਦਾ, ਇਹਦਾ ਇਹਨਾਂ ਦਾ ਤਾਂ ਜਵਾਕ ਢੱਡਲ ਚਾਹੀਦੇ ਨੇ, ਜਿਹੜੇ ਸਾਡੇ ਜਵਾਕ ਕਦੋਂ ਮਰਜ਼ੀ ਗਿੱਚੀ ਫੜ ਕੇ ਵੱਟ ਵੱਢ ਲੈਣ, ਕਦੋਂ ਮਰਜ਼ੀ ਪਾਣੀ ਵੱਢ ਲੈਣ, ਇਹ ਚੁੱਪ ਕਰਕੇ ਰੋਂਦੇ ਰੋਂਦੇ ਘਰ ਨੂੰ ਆ ਜਾਣਾ, ਠੀਕ ਆ। ਇਹਨਾਂ ਦੀ ਥਿਊਰੀ ਇਹ ਆ, ਸਾਰਿਆਂ ਦੀ ਨਹੀਂ, ਮੈਂ ਕਹਿੰਦਾ ਥੋੜ੍ਹੇ ਬੰਦਿਆਂ ਦੀ, ਵੀ ਕਿਸੇ ਦਾ ਬੱਚਾ ਤਕੜਾ ਨਾ ਹੋ ਜੇ। ਚਲੋ ਬਈ ਰੈਡੀ ਗੋ, ਆਪਣਾ ਕੰਮ ਇਹ ਆ ਬਈ ਯਾਰ 13-13 ਕਰਨਾ ਬਾਈ, ਜਮਾਂ ਹੀ ਨਹੀਂ ਮਹਾਰਾ ਨੂੰ ਜਾਣ ਦੇਣੀ, ਜਮਾਂ ਹੀ ਨਹੀਂ ਡਰਨ, ਠੀਕ ਨੇ। ਇਹ ਮੈਂ ਇਹਨਾਂ ਨੂੰ ਸਾਰੇ ਫਤਿਹ ਹੀ ਸਮਝਦਾ ਵੀ ਮੇਰੇ ਪੋਤੀ ਨੇ ਇਹ। ਗੋ ਗੁੱਡ ਗੁੱਡ ਟਰਨ, ਬਹੁਤ ਵਧੀਆ ਬਹੁਤ ਵਧੀਆ ਪੁੱਤ, ਬਹੁਤ ਵਧੀਆ, ਥੱਲੇ ਬਈ ਬਹਿ ਜਾਓ, 15 1 2 3 4 5 6 7 8 9 10 11 12 13 14 15, ਰਿਲੈਕਸ, ਤੁਰ ਕੇ ਵਾਪਸ ਪੁੱਤ, ਜਿੰਨੇ ਲੱਗਦੇ ਉਨੇ ਲਾ ਲਿਓ। ਰੈਡੀ ਗੋ, 1 2 3 4 5 6 7 8 9 10, ਰਿਲੈਕਸ, ਬਸ ਕੋਈ
ਥੋੜੀ ਥੋੜੀ ਵਧਾਓ, ਠੀਕ ਆ, ਰੋਜ਼ ਦੋ ਵਧਾ ਲਓ ਪੁੱਤ। ਚੰਗਾ ਕਰੋ, ਠੀਕ ਆ, ਤੁਹਾਨੂੰ ਦਿਖਾਉਂਦੇ ਇੱਕ ਮੁੰਡਾ ਹੋਰ ਹਰਿਆਣੇ ਵਾਲਾ। ਚੰਗਾ ਕਰੋ, ਚੰਗਾ ਬੀਜੋ, ਠੀਕ ਨੀ, ਹਾਂ, ਚੰਗੇ ਦਾ ਸਮਰਥਨ ਕਰੋ। ਇੱਥੇ ਮਰਨਾ ਸਾਰਿਆਂ ਨੇ ਇੱਕ ਦਿਨ, ਇਹ ਯਾਦ ਰੱਖੇ ਬੰਦਾ ਸਵੇਰੇ ਉੱਠਣ ਸਾਰ ਨਾ, ਯਾਦ ਰੱਖੇ ਵੀ ਮੈਂ ਮਰਨਾ, ਮੇਰੇ ਨਾਲ ਕੁਛ ਨਹੀਂ ਜਾਣਾ, ਮੇਰੇ ਨਾਲ ਜਾਣੀ ਹੈ ਚੰਗਿਆਈ ਜਿਹੜੀ ਮੈਂ ਕੀਤੀ ਆ, ਜਿਹੜਾ ਮੈਂ ਚੰਗਾ ਬੋਲਿਆ, ਜਿਹੜਾ ਮੈਂ ਚੰਗਾ ਦੇਖਿਆ, ਚੰਗਾ ਖਾਧਾ, ਉਹ ਤੁਹਾਡੇ ਨਾਲ ਜਾਣਾ। ਜਿਹੜਾ ਮਾੜਾ ਬੀਜਿਆ ਉਹ ਉੱਥੇ ਉੱਗਣਾ, ਜਮਦੂਤ ਘੜੀਛੀ ਫਿਰਨਗੇ। ਖੜਾ ਹੋ ਪੁੱਤ, ਬਹਿ ਜੀ ਫਤਿਹ। ਕਿਹੜਾ ਪਿੰਡ ਆ ਪੁੱਤ? ਹੁਸ਼ਿਆਰਪੁਰ। ਕਿੰਨਾ ਚਿਰ ਹੋ ਗਿਆ ਆਈ ਨੂੰ ਆਪਣੇ ਕੋਲ? ਇੱਕ ਮਹੀਨਾ। ਬੁਰੀ, ਬਹਿ ਜਾ, ਹੁਣ ਇਹਨੇ ਗਲ ਤੇ ਗੋਡਾ ਧਰਨਾ ਹੀ ਧਰਨਾ, ਠੀਕ ਆ, ਜ਼ੋਰ ਬਸ਼ਰਮ ਹੁੰਦਾ, ਜੇ ਸੀ ਵੀ ਐਂ ਖਿੱਚ ਲੈਂਦੀ ਆ। ਬਸ ਚੰਗਾ ਸੋਚੋ, ਮਾੜੇ ਔਗਣ ਬਾਹਲੇ ਹੁੰਦੇ ਸਾਰੇ ਬੰਦਿਆਂ 'ਚ। ਇਹ ਨਹੀਂ ਗੱਲ ਮੈਂ ਕਹਿੰਦਾ ਵੀ ਮੈਂ 34 ਲੱਖਣਾ, ਮੇਰੇ ਵੀ ਔਗਣ ਹੈਗੇ, ਹਜੇ ਵੀ ਹੈਗੇ, ਪਹਿਲਾਂ ਬਾਹਲੇ ਸੀ। ਹਾਂ ਬਈ, ਕਿਵੇਂ ਆ, ਕਿਹੜਾ ਬੋਲੂ ਤੁਹਾਡੇ ਚੋਂ? ਉੱਚੀ, ਹਾਂਜੀ। ਕਿੰਨਾ ਟਾਈਮ ਹੋ ਗਿਆ ਪੁੱਤ? ਅੱਛਾ, ਕਿੰਨਾ ਵੇਟ ਆ? 60 ਕਿਲੋ। ਨਾਲੇ ਜਿਹੜੇ ਕਹਿੰਦੇ ਨਾ ਪ੍ਰਾਪਤੀ ਨਹੀਂ, ਆ 60 ਕਿਲੋ, ਇਹਦੇ ਨਾਲ 10-10 ਕੌਡੀਆਂ ਕਦੋਂ ਮਰਜ਼ੀ, 50-50 ਹਜ਼ਾਰ ਦੀ ਕਰ ਲਿਓ ਸ਼ਰਤ, 20-20 ਕਰ ਲਿਓ, 40-40 ਦੀ। ਹਾਂ ਰਾਹੁਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਚਿਰ ਹੋ ਗਿਆ ਪੁੱਤ? 2 ਸਾਲ ਹੋ ਗਏ। ਕਿੰਨਾ ਵੇਟ ਆ? 48 ਦੇ ਉੱਤੇ ਆ ਜੀ। 48 ਵਾਲਾ ਵੀ ਕੋਈ ਮਰਜ਼ੀ 10-10 ਕੌਡੀਆਂ। ਜਿਹੜੇ ਕਹਿੰਦੇ ਨਾ ਕੀ ਕੀਤਾ ਕੀ ਨਹੀਂ ਕੀਤਾ, ਹੁਣ ਮੈਂ ਕੀ ਕਰਾਂ, 3-4 ਮਹੀਨੇ 5 ਮਹੀਨੇ ਲਾ ਕੇ ਭੱਜ ਜਾਂਦੇ ਆ। ਹਾਂ ਬਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਸਾਹਿਬ, ਕਿੰਨਾ ਚਿਰ ਹੋ ਪੁੱਤ? 1 ਸਾਲ 10 ਦਿਨ ਹੋ ਗਏ। ਠੀਕ ਆ। ਚੱਲ ਜਾ, ਕੀ ਕਰਨਾ? ਹਾਂ, ਕੋਈ ਮਰਜ਼ੀ ਆਵੇ ਪਾੜੀ ਦੇਣਗੇ, ਠੀਕ ਨੀ। ਇਹ ਆਪਣੇ ਵਾਲਾ ਸ਼ਮਸ਼ਾਨ, ਇਹਦਾ ਵੀ ਚੈਲੰਜ ਜੀ, ਇਹਨੂੰ ਦਿਖਾਵਾਂਗੇ ਮਹਾਰਾਜ ਸੁੱਖ ਰੱਖੇ, ਇਹਨਾਂ ਨੂੰ ਕੱਢਾਂਗੇ, ਵਾਹਿਗੁਰੂ ਵਾਸ ਕਿਰਪਾ ਕਰਨ ਮਹਾਰਾਜ। ਇਹਨੂੰ ਕਿਹਾ ਵੀ ਸਾਲ ਟੱਕੋ, ਸਾਲ ਟੱਕ ਅਗਲੇ ਸਾਲ ਐਸੀ ਡਾਂਗ ਫੇਰਾਂਗੇ ਨਾ ਜਿਹੜੀ ਯਾਦ ਰੱਖਣਗੇ ਵੀ ਕੌਡੀ ਖੇਡੀ ਦੀ ਕਿਵੇਂ ਆ। ਕੋਈ ਬੰਦਾ ਲੱਗੇ ਤਾਂ ਸਹੀ, ਮੰਨ ਲੈ, ਕੋਈ ਪੱਟਾਂ ਦੀ ਤਿਆਰੀ, ਕੋਈ ਡੌਲਿਆਂ ਦੀ ਤਿਆਰੀ, ਕੋਈ ਛਾਤੀ ਦੀ ਤਿਆਰੀ, ਕੋਈ ਸ਼ੋਲਡਰਾਂ ਦੀ ਤਿਆਰੀ, ਸਿੱਧੀ ਹੋਈ ਕੌਡੀ ਯਾਰ, ਮੈਂ ਤਾਂ ਹੈਰਾਨ ਹਾਂ। ਚਲੋ ਬਈ ਥੱਲੇ ਪੁੱਤ, ਚਲੋ ਦੱਸਦਾ। ਰਿਲੈਕਸ, ਰੈਡੀ, ਥੱਲੇ 8 ਗੋ। ਅੱਠ ਰੈਡੀ, 15 ਜੀ, ਤੋਂ ਘੱਟ ਲੱਗਦਾ ਘੱਟ ਲਾ ਲਿਓ, 5 ਪਰੇ ਨੂੰ ਰੈਡੀ। ਉੱਧਰ ਚਲੇ ਜਾਓ ਜੀ, ਤੋਂ ਨਹੀਂ ਲੱਗਦੇ ਉੱਥੇ ਚਲੇ ਜਾਓ ਤੁਰ ਕੇ, ਯਾਰ ਕਾਹਨੂੰ ਵਿੱਚ ਬੈਠੀ ਜਾਂਦੇ ਹੋ। 15 ਥੋੜ੍ਹੀ ਜਿਹੀ ਆਕਸੀਜਨ ਆ, ਵੇਟ ਬੂਟ ਵੀ ਲੂਜ਼ ਹੁੰਦਾ, ਫਿਰ ਥੋੜ੍ਹਾ ਜਿਹਾ ਘੱਟ ਰੱਖੀਦਾ ਸੈੱਟ। ਟਰਨ 10, ਰੈਸਟ ਕਰ ਲਓ, ਬਾਕੀ ਜਦੋਂ ਨਹੀਂ ਲੱਗਦੀ। 5 ਬਾਈ ਆ, ਕਰ ਲਿਓ ਕਾਊਂਟ ਹੁਣ ਇਹਨਾਂ ਦਾ ਵੀ ਕਿੱਥੇ ਕਿੱਥੇ ਖੜੂ ਗੱਡੀ ਜਾ ਕੇ।
ਫਰੰਟ ਦੇ 6 ਉੱਧਰ ਚਲਿਆ ਜਾ ਪਿੱਛੇ ਉੱਧਰ ਤੁਰ ਕੇ ਟਰਨ 5 8 5 ਲਾਓ ਲਾਓ ਪੱਤ ਬਣ ਕੇ ਲਾਓ ਐਂ ਨਹੀਂ ਕਰੀਦਾ ਹੁਣ ਇਹ ਵੀ ਬੰਦੇ ਹੀ ਨੇ ਇਹਨਾਂ ਵੱਲ ਦੇਖੋ ਕਾਪੀ ਕਰੋ ਇਹਨਾਂ ਦੀ 150-200 ਹੋਣ ਵਾਲਾ 6 ਟਰਨ 15 5 ਚਲੋ ਤੁਰ ਕੇ ਵੈਰੀ ਗੁੱਡ ਤਾੜੀ ਮਾਰ ਦਿਓ ਬਹੁਤ ਵਧੀਆ ਇੱਥੋਂ 5 ਗੁਣਾ 10 ਗੁਣਾ ਹੋਰ ਲਵਾ ਦਿੰਦਾ ਇੰਨੀ ਕਿ ਇਹਨਾਂ ਦੀ ਕਪੈਸਿਟੀ ਆ ਠੀਕ ਆ ਜੀ ਇੰਨੀ ਕਪੈਸਿਟੀ ਹੈਗੀ ਇਹਨਾਂ ਦੀ ਵੀ ਜੇ 700-800 ਦੇ ਮੂੰਹ ਨੂੰ ਕਰ ਲਏ ਤਾਂ ਪੂਰੀ ਪਾ ਕੇ ਮੁੜ ਦੇਵੇ ਚਲੋ ਬਈ ਰੈਡੀ 20 ਲਾਉਣੇ ਨੇ ਪੱਤ ਮਾਰ ਕੇ ਚਲੋ ਗੋ 1, 2, 3, 4, 5, 6, 7, 8, 9, 10, 11, 12, 13, 14, 15, 16, 17, 18, 19, 20 ਗੁੱਡ ਬਹੁਤ ਵਧੀਆ ਤੁਰ ਕੇ ਚਲੋ ਬਈ 5 ਮੀਟਰ ਰੈਡੀ ਗੋ ਰਿਲੈਕਸ ਤੁਰ ਕੇ ਰੈਡੀ 5 ਮੀਟਰ ਗੋ ਗੁੱਡ ਰਿਲੈਕਸ ਮੇਰੇ ਤੇ ਗੋ ਅੱਜ ਗਏ ਫਤਿਹ ਬੁਲਾਉਣੀਆਂ ਦੱਬ ਗਏ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ